ਅਸੀਂ ਅੱਜ ਦਸਵੀਂ ਦਾ ਅਸਮ ਸ਼ੇਪ ਹੋ ਜਾ ਅਸਮ ਸ਼ੇਪ ਇਹਦਾ ਮਤਲਬ ਬੰਦਾ ਅੱਗੇ ਸਮ ਸ਼ੇਪ ਹੋ ਹੀ ਕਰਦੇ ਹਨ, ਜਾਣੀ ਕਿ ਸ਼ੇ ਦੀਆਂ ਸ਼ੇਪ ਹੋ ਜਾਵਾਂ ਜਿਹੜੀਆਂ ਉਹ ਬਰਾਬਰ ਹੁੰਦੀਆਂ ਸੀ, ਅਸਮ ਦੇ ਵਿੱਚ ਜਾਣੀ ਕਿ ਬਚਾਵਾਂ ਜਿਹੜੀਆਂ ਉਹ ਬਰਾਬਰ ਨਹੀਂ ਹੋਣਗੀਆਂ, ਇੱਕ ਵੱਡੀ ਹੋ ਗਈ ਇੱਕ ਛੋਟੀ ਹੋ ਗਈ। ਸਭ ਤੋਂ ਪਹਿਲਾਂ ਅਸੀਂ ਏ ਬੀ ਜਿਹੜੀ ਆ 1.75 ਸੈਂਟੀਮੀਟਰ ਲਵਾਂਗੇ, ਠੀਕ ਹੈ, ਬਹੁਤ ਛੋਟੀ ਜਿਹੀ ਤਿਕੋਣ ਬਣਨੀ ਹੈ, 1.7 ਤਾਂ ਪੂਰਾ ਲੈਣਾ, ਅੱਗੋਂ 0.5 ਮਿਲੀਮੀਟਰ ਬਸ ਆ, 1.75 ਜਾਣੀ ਕਿ 1.75 ਮਿਲੀਮੀਟਰ ਬਣਦਾ, 1 ਸੈਂਟੀਮੀਟਰ ਪੂਰਾ। ਉਸ ਤੋਂ ਬਾਅਦ 7 ਛੋਟੀਆਂ ਲੈਣਾ ਅਤੇ 5 ਜਿਹੜਾ ਹੁੰਦਾ ਉਹ 7ਵੀਂ ਅਤੇ 8ਵੀਂ ਮਿਲੀਮੀਟਰ ਵਾਲੀ ਲੈਣ ਦੇ ਵਿਚਕਾਰ ਵਾਲਾ ਜਿਹੜਾ ਪੁਆਇੰਟ ਹੁੰਦਾ ਉਹਨੂੰ 7.5 ਬੋਲਾਂਗੇ, ਠੀਕ ਹੈ। ਇਸ 1.75 ਸੈਂਟੀਮੀਟਰ ਅਸੀਂ ਜਾਣੀ ਰੇਖਾ ਲੈ ਲਈ ਆ ਏ ਬੀ। ਹੁਣ ਦੋਨਾਂ ਦੇ ਉੱਤੇ ਲੰਬ ਬਣਾਉਣੇ ਆ, 90° ਦਾ ਕੋਣ ਬਣਾਉਣੇ ਆ, ਡੀ ਦੇ ਨਾਲ ਬਣਾ ਸਕਦੇ ਹੋ, ਮੈਂ ਥੋੜ੍ਹਾ ਜਿਹਾ ਅੰਦਾਜ਼ ਨਾਲ ਲਗਾ ਰਿਹਾ, ਤਾਂ ਤੁਸੀਂ ਅੰਦਾਜ਼ਾ ਨਹੀਂ ਲਾਉਣਾ, ਤੁਸੀਂ ਡੀ ਨਾਲ ਬਣਾ ਲਿਓ। ਇਹਨਾਂ ਨੂੰ ਤੁਸੀਂ 3.5 ਸੈਂਟੀਮੀਟਰ ਕੱਟਣਾ ਹੈ, 3.5 ਸੈਂਟੀਮੀਟਰ ਇਹ ਕੱਟਿਆ ਗਿਆ ਇੱਧਰੋਂ, ਆ ਦੋਵੇਂ 3.5 ਸੈਂਟੀਮੀਟਰ ਕੱਟੇ ਗਏ, ਇਹਨਾਂ ਦੋਵਾਂ ਨੂੰ ਮਿਲਾ ਲਓ। ਇੱਕ ਆ ਗਿਆ ਈ, ਇੱਕ ਆ ਗਿਆ ਡੀ। ਹੁਣ ਅਸੀਂ 1.5 ਸੈਂਟੀਮੀਟਰ ਰੇਖਾ ਖੋਲ੍ਹਾਂਗੇ, 1.5 ਸੈਂਟੀਮੀਟਰ ਯਾਨੀ ਕਿ ਏ ਦੇ ਉੱਤੇ ਰੱਖਾਂਗੇ, ਆਹ ਚਾਪ ਲਾ ਦਾਂਗੇ, ਉਧਰੋਂ ਡੀ ਦੇ ਉੱਤੇ ਰੱਖਾਂਗੇ, ਆਹ ਚਾਪ ਲਗਾ ਦਾਂਗੇ। ਇੱਕ ਵਾਰੀ ਏ 'ਤੇ ਰੱਖਣੀ 1.5 ਸੈਂਟੀਮੀਟਰ ਖੋਲ੍ਹ ਕੇ ਚਾਪ ਲਾਉਣੀ ਹੈ, ਇੱਕ ਵਾਰੀ ਡੀ 'ਤੇ ਰੱਖ ਕੇ 1.5 ਸੈਂਟੀਮੀਟਰ ਚਾਪ ਲਾਉਣੀ ਹੈ। ਉਸ ਤੋਂ ਬਾਅਦ 2.5 ਸੈਂਟੀਮੀਟਰ ਰੇਖਾ ਖੋਲ੍ਹੋ, ਇਹ ਜਿਹੜੀਆਂ ਤੁਸੀਂ ਚਾਪਾਂ ਲਾਈਆਂ ਇਹਨਾਂ ਨੂੰ ਕੱਟ ਦਿਉ, ਈ 'ਤੇ ਰੱਖ ਕੇ ਕੱਟ ਦਿਉ, ਇੱਕ ਵਾਰੀ ਆ ਬੀ 'ਤੇ ਰੱਖ ਕੇ ਕੱਟ ਦਿਉ। ਇਹ ਜਿੱਥੇ ਜਿੱਥੇ ਕੱਟੀਆਂ ਗਈਆਂ ਉਹਦਾ ਨਾਰਾ ਦੋ, ਏ ਬੀ ਆ ਸੀ ਆ ਡੀ ਆ ਈ ਆ ਐੱਫ ਆ ਗਿਆ, ਇਹਨਾਂ ਨੂੰ ਤੁਸੀਂ ਆਪਸ 'ਚ ਮਿਲਾ ਦਿਉ। ਇਹ ਤੁਹਾਡੀ ਅਸਮ ਸ਼ੇਪ ਹੋ ਜਿਹੜੀ ਆ ਬਣ ਕੇ ਤਿਆਰ ਹੋ ਜਾਵੇਗੀ। ਠੀਕ ਹੈ, ਆਹ 1.5 ਸੈਂਟੀਮੀਟਰ, ਆਹ ਵੀ 1.5 ਸੈਂਟੀਮੀਟਰ, ਆਹ 2.5 ਸੈਂਟੀਮੀਟਰ, ਆਹ ਵੀ 2.5 ਸੈਂਟੀਮੀਟਰ। ਇਹ ਤੁਹਾਡੀ ਅਸਮ ਸ਼ੇਪ ਹੋ ਜਿਹੜੀ ਆ ਬਣ ਕੇ ਤਿਆਰ ਹੋ ਗਈ।